ਬਰਨਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਧਨੌਲਾ ਨੇੜੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਸਕੂਲੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਦੇ ਵਿੱਚ ਬੱਸ ਡਰਾਈਵਰ ਤੇ ਮਹਿਲਾ ਹੈਲਪਰ ਸਮੇਤ ਕਰੀਬ 14 ਬੱਚੇ ਜ਼ਖਮੀ ਹੋ ਗਏ ਨੇ। ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਦੇ ਨਾਲ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਿਆ। ਜਾਣਕਾਰੀ ਮੁਤਾਬਕ 4 ਦੇ ਕਰੀਬ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ ਗਿਆ। ਗਰੀਨ ਫੀਲਡ ਸਕੂਲ ਦੀ ਬੱਸ ਇਦਾਂ ਕਰਦੀ, ਇਸ ਰੋਡ ਕਰਨੀ ਆ ਰਹੀ ਸੀ, ਉਹ ਭੱਠਾ ਰੋਡ ਤੋਂ ਜੀ ਉਹਨੇ ਕੈਂਟਰ ਸਿੱਧਾ ਮੂਹਰੇ ਕਰਤਾ ਜੀ, ਜਾਂ ਭੱਠਾ ਕਰੀ ਸਿੱਧਾ ਇੱਧਰ ਧਰੋਲ ਕਰੀ ਬਾਈਪਾਸ ਤੋਂ ਕੱਟ ਤੋਂ ਸਿੱਧਾ ਮੂਹਰੇ ਕਰਤਾ। ਬੱਚੇ 42 ਬੱਚੇ ਸਰ, 1 ਵਜੇ ਘਟਨਾ ਜੀ ਪੌਣੇ ਘੱਟ ਨਹੀਂ। ਕਿੱਥੋਂ ਲੈ ਕੇ ਆ ਰਹੇ ਸੀ ਬੱਚੇ? ਇਹ ਬੱਚੇ ਸਰ ਕਹਿੰਦੇ ਰਾਹ ਜੀ ਆ ਜੀ ਕੋਟ ਦੇ ਨਾਲ ਕਾਲੇ ਕਿਆਂ ਦੇ ਬੱਚੇ ਸਕੂਲ ਜਾ ਰਹੇ ਸੀ। ਹਾਂ ਸਕੂਲ ਨੂੰ ਜਾ ਰਹੇ ਸਰ, ਭੱਠਾ ਰੋਡ ਤੇ ਜਿਹੜਾ ਜਾ ਰਿਹਾ ਸ਼ਹਿਰ ਨੂੰ ਰਸਤਾ, ਉਹਦੇ ਉੱਤੇ ਕੱਟ ਦੇ ਉੱਪਰ ਹੋਇਆ। ਉਧਰ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ, ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਭੱਠਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ, ਤੇ ਉਧਰ ਗੱਡੀ ਵੀ ਆ ਰਹੀ ਸੀ ਰਫ਼ਤਾਰ ਦੇ ਵਿੱਚ। ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰੋਸ ਕਰਤੀ, ਟਰੱਕ ਸਾਰਾ ਲੰਘ ਚੁੱਕਾ ਸੀ, ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲ੍ਹਾ ਸੀਗਾ, ਅਤੇ ਉਧਰੋਂ ਮਗਰੋਂ ਸਕੂਲ ਵਾਲੀ ਗੱਡੀ ਆ ਰਹੀ ਸੀ, ਉਹ ਤੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ। ਜੇ ਮਾੜੇ ਮੋਟੇ ਬ੍ਰੇਕ ਲਾ ਦਿੰਦਾ ਉਹ, ਮਤਲਬ ਐਡਾ ਹਾਦਸਾ ਨਹੀਂ ਵਾਪਰਦਾ ਸੀਗਾ। ਉਹ ਟਰੱਕ 'ਚ ਪਿੱਛੋਂ ਵੱਜੀ, ਟਰੱਕਾਂ ਲੰਘ ਚੁੱਕੇ ਸੀਗਾ। ਇਹ ਸ਼ਾਇਦ ਗ੍ਰੀਨਫੀਲਡ ਸਕੂਲ ਦੀ ਵੈਨ ਹੈ, ਗ੍ਰੀਨਫੀਲਡ ਸਕੂਲ ਹੈ ਜੀ। ਅੱਜ ਤਕਰੀਬਨ 8:10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ, ਉਹਦੇ ਵਿੱਚੋਂ ਵੱਖ ਵੱਖ ਤਰ੍ਹਾਂ ਦੇ ਬੱਚੇ ਅਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ 'ਚ ਅਸੀਂ ਰਿਸੀਵ ਕੀਤੇ, ਅਤੇ ਕੁਛ ਜਿਨ੍ਹਾਂ ਦੇ ਪੇਸ਼ੈਂਟਸ 'ਤੇ ਟਾਂਕੇ ਲੱਗਣੇ ਸੀ ਇਮੀਡੀਏਟਲੀ ਉਹ ਲਾ ਕੇ ਫਿਰ ਐਕਸਰੇ ਕਰਾਏ ਗਏ। ਤਕਰੀਬਨ 3 ਬੱਚਿਆਂ ਦੇ ਤਾਂ ਫ੍ਰੈਕਚਰ ਆਇਆ, ਉਹਨਾਂ ਨੂੰ ਔਰਥੋ ਡਿਪਾਰਟਮੈਂਟ 'ਚ ਭੇਜ ਦਿੱਤਾ ਗਿਆ। ਇੱਕ ਦੇ ਸਿਰ 'ਚ ਸੱਟ ਸੀ, ਉਹਦੇ ਸ਼ਾਇਦ ਸੀ ਟੀ ਸਕੈਨ ਦੀ ਜ਼ਰੂਰਤ ਸੀ, ਉਹਨੂੰ ਵੀ ਰੈਫਰ ਕਰਕੇ ਅਸੀਂ ਸਿਵਲ ਹਸਪਤਾਲ ਬਰਨਾਲੇ 'ਚ ਭੇਜ ਦਿੱਤਾ ਹੈ। ਬਾਕੀ ਸਭ ਨੂੰ ਫਸਟ ਏਡ ਦੇ ਕੇ ਅਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ 'ਚ ਰੱਖ ਲਿਆ। ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਅਸੀਂ ਘਰ ਭੇਜ ਦੇਵਾਂਗੇ, ਪਰ ਰੱਬ ਦੀ ਕਿਰਪਾ ਨਾਲ ਕੈਜੂਅਲਟੀ ਕੋਈ ਨਹੀਂ ਹੋਈ, ਅਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਨੇ। ਅਸੀਂ ਸਕੂਲ ਜਾ ਰਹੇ ਸੀਗੇ, ਰਾਜੀਓ ਤੋਂ ਆ ਰਹੇ ਸੀਗੇ। ਕਿੰਨੇ ਵਜੇ ਗੱਲ ਹੋਈ ਹੈ, ਕਿੱਥੇ ਹੋਈ? ਧਨੌਲਾ ਦੇ ਗ੍ਰੀਨਫੀਲਡ ਸਕੂਲ ਦੀ ਇੱਕ ਬੱਸ ਜੋ ਕਿ ਬੱਚਿਆਂ ਨੂੰ ਲੈ ਕੇ ਪੰਧੇਰ ਕੋਟ ਦੋਨਾਂ ਏਰੀਏ ਦੇ ਬੱਚੇ ਸੀ ਉਹਦੇ ਵਿੱਚ, ਉਹਨਾਂ ਨੂੰ ਲੈ ਕੇ ਧਨੌਲੇ ਆ ਰਹੀ ਸੀ, ਅਤੇ ਮੇਨ ਰੋਡ ਦੇ ਉੱਤੇ ਭੱਠਲਾ ਕੱਟ ਤੋਂ ਜਦੋਂ ਆਪਾਂ ਧਨੌਲੇ ਨੂੰ ਜਾਂਦੇ ਹਾਂ, ਉੱਥੇ ਇਹ ਜਿਹੜੀ ਬੱਸ ਹੈ ਇਹਦੀ ਇੱਕ ਜਿਹੜਾ ਟਰੱਕ ਜੋ ਯੂ ਟਰਨ ਲੈ ਰਿਹਾ ਸੀ ਉਹਦੇ ਨਾਲ ਟੱਕਰ ਹੋ ਕੇ ਉੱਥੇ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ ਕੁਝ ਬੱਚਿਆਂ ਦੇ ਜਿਹੜਾ ਸੱਟਾਂ ਲੱਗੀਆਂ ਸੀ। ਫੋਰਚੂਨੇਟਲੀ ਉਸੇ ਟਾਈਮ ਸਾਡੀ ਥਾਣਾ ਧਨੌਲਾ ਅਤੇ CIA ਦੀਆਂ ਟੀਮਾਂ ਦਾ ਲੋਅ ਐਂਡ ਆਰਡਰ ਦੇ ਸੰਬੰਧ ਵਿੱਚ ਇੱਕ ਨਾਕਾ ਲੱਗਿਆ ਹੋਇਆ ਸੀ ਜੋ ਨੇੜੇ ਹੀ ਸੀ, ਜੋ ਤੁਰੰਤ ਉੱਥੇ ਮੌਕੇ 'ਤੇ ਸਾਡੇ ਮੁਲਾਜ਼ਮ ਪਹੁੰਚ ਗਏ, ਜਿਨ੍ਹਾਂ ਨੇ ਸਾਰੇ ਜਿਹੜੇ ਬੱਚੇ ਸੀ ਉਸ ਬੱਸ ਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਬੱਸ ਵਿੱਚੋਂ ਬਾਹਰ ਕੱਢ ਕੇ ਅਤੇ ਤੁਰੰਤ ਉੱਥੇ ਸਿਵਲ ਹਸਪਤਾਲ ਧਨੌਲਾ ਭਰਤੀ ਕਰਾਇਆ, ਜਿਨ੍ਹਾਂ ਦੇ ਵਿੱਚੋਂ 3 ਬੱਚੇ ਜਿਨ੍ਹਾਂ ਦੇ ਕੁਝ ਮਾਈਨਰ ਸੱਟਾਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ, ਬਾਕੀ ਸਾਰੇ ਬੱਚਿਆਂ ਨੂੰ ਫਸਟ ਏਡ ਦੇ ਕੇ ਅਤੇ ਉਹਨਾਂ ਦੇ ਘਰਾਂ ਵਿੱਚ ਪਹੁੰਚਾ ਦਿੱਤਾ ਗਿਆ। ਜੋ ਸ਼ੁਰੂਆਤੀ ਪੜਤਾਲ ਕੀਤੀ ਗਈ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੱਸ ਦਾ ਡਰਾਈਵਰ ਸੀ ਜਿਹਦਾ ਨਾਂ ਬੂਟਾ ਸਿੰਘ ਹੈ ਵਾਸੀ ਪੰਧੇਰ, ਇਹ ਬੜੀ ਲਾਪਰਵਾਹੀ ਦੇ ਨਾਲ ਬੱਸ ਨੂੰ ਚਲਾ ਰਿਹਾ ਸੀ,
ਜੋ ਅੱਗੇ ਟਰੱਕ ਸੀ ਉਹ ਯੂ ਟਰਨ ਲੈ ਕੇ ਕਾਫੀ ਦੂਰ ਤੋਂ ਦਿਖ ਰਿਹਾ ਸੀ ਕਿ ਉਹ ਟਰੱਕ ਜਿਹੜਾ ਮੁੜ ਚੁੱਕਾ ਸੀ, ਯੂ ਟਰਨ ਆਲਮੋਸਟ ਉਹਨੇ ਲੈ ਵੀ ਲਿਆ ਸੀ, ਬਟ ਬਜਾਏ ਬੱਸ ਨੂੰ ਹੌਲੀ ਕਰਨ ਦੇ ਇਹਨੇ ਉਸਨੂੰ ਹੌਰਨ ਮਾਰਦਾ ਰਿਹਾ ਇਹ ਡਰਾਈਵਰ, ਅਤੇ ਉਹਦੇ ਜਿਹਦੇ ਕਰਕੇ ਇਹਦੀ ਜਾ ਕੇ ਉਹਦੇ ਟਰੱਕ ਦੇ ਪਿੱਛੇ ਬੈਕ ਸਾਈਡ ਦੇ ਵਿੱਚ ਟੱਕਰ ਵੱਜੀ। ਅਤੇ ਅਸੀਂ ਥਾਣਾ ਧਨੌਲਾ ਵਿਖੇ ਇਹ ਜਿਹੜਾ ਬੱਸ ਦਾ ਡਰਾਈਵਰ ਸੀ ਬੂਟਾ ਸਿੰਘ ਵਾਸੀ ਬੰਧੇਰ, ਇਹਦੇ ਖਿਲਾਫ 283 IPC ਅਧੀਨ FIR ਵੀ ਦਰਜ ਕਰ ਰਹੇ ਹਾਂ। ਬੱਚੇ ਸਾਰੇ ਸੁਰੱਖਿਅਤ ਘਰਾਂ 'ਚ? ਹਾਂਜੀ, ਸਾਰੇ ਕੁੱਲ 14 ਬੱਚੇ ਜਿਹੜੇ ਮਾਈਨਰ ਇੰਜਰੀਜ਼ ਦੇ ਨਾਲ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਏ ਗਏ ਸੀ, ਜਿਨ੍ਹਾਂ ਵਿੱਚੋਂ 3 ਬੱਚਿਆਂ ਨੂੰ, ਉਹਨਾਂ ਦੇ ਵੀ ਮਾਈਨਰ ਇੰਜਰੀਜ਼ ਨੇ, ਕੋਈ ਖਤਰੇ ਵਾਲੀ ਗੱਲ ਨਹੀਂ ਹੈ, ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾ ਰੈਫਰ ਕੀਤਾ ਗਿਆ ਸੀ। ਬਾਕੀ ਸਾਰੇ ਬੱਚਿਆਂ ਨੂੰ ਫਸਟ ਏਡ ਦੇਣ ਤੋਂ ਬਾਅਦ ਉਹਨਾਂ ਦੇ ਘਰੋਂ ਘਰੀ ਧਨੌਲਾ ਪੁਲਿਸ ਵੱਲੋਂ ਪਹੁੰਚਾ ਦਿੱਤਾ ਗਿਆ। ਜੀ ਬਿਲਕੁਲ, ਜਿਵੇਂ ਤੁਹਾਨੂੰ ਪਤਾ ਹੀ ਹੈ, ਕੁਛ ਸਮਾਂ ਪਹਿਲਾਂ ਹਰਿਆਣਾ ਦੇ ਮਹਿੰਦਰਗੜ੍ਹ ਵਿਖੇ ਇੱਕ ਵੱਡਾ ਹਾਦਸਾ ਸਕੂਲ ਬੱਸ ਨਾਲ ਵਾਪਰਿਆ ਸੀ, ਜਿਹਦੇ ਸੰਬੰਧ ਵਿੱਚ ਹੁਣ ਬਰਨਾਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸੇਫ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹੇ ਦੇ ਸਾਰੇ ਹੀ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਦੀਆਂ ਬੱਸਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ, ਜਿਹਦੇ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਜੁਆਇੰਟ ਟੀਮਾਂ ਬਣਾ ਕੇ ਸਾਰੇ ਹੀ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੀਆਂ ਵੀ ਬੱਸਾਂ ਦੀ ਵੱਲੋਂ ਸੁਰੱਖਿਆ ਦੀਆਂ ਜੋ ਹਦਾਇਤਾਂ ਨੂੰ ਪਾਲਣਾ ਨਹੀਂ ਕੀਤੀ ਜਾ ਰਹੀ, ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ, ਉਹਨਾਂ ਨੂੰ ਬਾਉਂਡ ਵੀ ਕੀਤਾ ਜਾ ਰਿਹਾ। ਇਹ ਅਸੀਂ ਹੁਣ ਇਹਦੇ 'ਚ ਦੇਖਾਂਗੇ ਜੀ। ਜੋ ਫਿਲਹਾਲ ਜੋ ਸ਼ੁਰੂਆਤੀ ਜਿਹੜੀ ਗੱਲਬਾਤ ਆ ਉਹ ਤਾਂ ਅਣਗਹਿਲੀ ਡਰਾਈਵਰ ਦੀ ਸਾਹਮਣੇ ਆਈ ਹੈ, ਬਟ ਜਿਹੜੀ ਬੱਸ ਹੈ ਉਹਦੀ ਵੀ ਅਸੀਂ ਚੈਕਿੰਗ ਕਰਾਂਗੇ। ਜੋ ਸਾਡੀ ਜੁਆਇੰਟ ਟੀਮ ਆ ਸਿਵਲ ਪ੍ਰਸ਼ਾਸਨ ਦੇ ਨਾਲ, ਉਹ ਚੈੱਕ ਕਰੇਗੀ ਕਿ ਜਿਹੜੀਆਂ ਵੀ ਸੇਫਟੀ ਸੰਬੰਧੀ ਗਾਈਡਲਾਈਨਸ ਨੇ ਜੋ ਬੱਸ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਮੌਜੂਦ ਹਨ ਜਾਂ ਨਹੀਂ। ਜੇਕਰ ਕੋਈ ਵੀ ਕੁਤਾਹੀ ਇਹਦੇ ਵਿੱਚ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਸਕੂਲ ਪ੍ਰਸ਼ਾਸਨ ਦੇ ਉੱਤੇ ਵੀ, ਸੰਬੰਧਿਤ ਅਧਿਕਾਰੀ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ।